ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਵਾਰਤਾਲਾਪ ਦਾ ਵਿਸ਼ਾ ਹੈ ਵਹਿਮ ਭਰਮ। ਭੈਣ ਜੀ, ਤੁਸੀਂ ਮੈਨੂੰ ਦੋਵੇਂ ਜਾਣੀਆਂ ਦੱਸੋ ਕਿ ਮਨ ਚੋਂ ਸ਼ੰਕੇ ਕਿਉਂ ਨਹੀਂ ਨਿਕਲਦੇ? ਜਦੋਂ ਬੰਦਾ ਗੁਰੂ ਦੇ ਗਿਆਨ ਤੋਂ ਸੱਖਣਾ ਹੁੰਦਾ, ਉਹ ਸ਼ੰਕਿਆਂ ਤੇ ਭਰਮਾਂ ਦਾ ਹੀ ਭਰਿਆ ਹੁੰਦਾ। ਬਸ ਢੋਲ 'ਚ ਪੌਣ ਵਾਲੀ ਗੱਲ ਹੁੰਦੀ ਆ। ਭੈਣ ਜੀ, ਉਹ ਕਿਉਂ ਆਖੇ? ਉਹ ਕਿਉਂ? ਭੈਣ ਜੀ, ਜਿਹੜੇ ਕਮਰੇ 'ਚ ਝਾੜੂ ਪੋਚਾ ਨਾ ਕਰੀਏ, ਉੱਥੇ ਭੂੰਡਾਂ ਦੀਆਂ ਖੱਖਰਾਂ ਤੇ ਜਾਲੇ ਹੀ ਲਟਕਦੇ ਹੁੰਦੇ ਆ। ਤੁਸੀਂ ਤਾਂ ਗੱਲ ਹਾਸੇ 'ਚ ਪਾ ਰਹੇ ਹੋ। ਹਾਸਾ ਨਹੀਂ, ਇਹ ਇਲਮ ਏ। ਅਸੀਂ ਆਪਣੇ ਦਿਮਾਗ ਨੂੰ ਗਿਆਨ ਦਾ ਝਾੜੂ ਨਹੀਂ ਮਾਰਦੇ, ਇਸੇ ਲਈ ਅਗਿਆਨਤਾ ਦੀਆਂ ਖੱਖਰਾਂ ਤੇ ਅੰਧ ਵਿਸ਼ਵਾਸ ਦੇ ਜਾਲੇ ਲੱਗੇ ਆ। ਹੁਣ ਦੱਸੋ ਕੀ ਸ਼ੰਕਾ ਏ ਭੈਣ ਜੀ? ਸ਼ੰਕਾ ਤਾਂ ਬਾਅਦ 'ਚ ਦੱਸੂਗੀ, ਪਹਿਲਾਂ ਇਹ ਦੱਸੋ ਕਿ ਤੁਹਾਨੂੰ ਦੋਹਾਂ ਨੂੰ ਭੈਣ ਜੀ ਪਰਮ ਤੌਰ ਕੌਰ ਕਿਉਂ ਕਹਿੰਦੇ ਆ? ਨਾ ਤੇ ਮੇਰਾ ਗੁਰਮੁਖ ਕੌਰ ਏ ਤੇ ਇਹਦਾ ਹਰਗੁਣ ਕੌਰ ਏ। ਅਸੀਂ ਗੁਰਬਾਣੀ ਤੇ ਗੁਰਮਤਿ ਸਿਧਾਂਤਾਂ ਤੋਂ ਸਿਵਾ ਕਿਸੇ ਤਰ੍ਹਾਂ ਦੇ ਵਹਿਮ ਭਰਮ ਪਖੰਡ ਕਰਮ ਕਾਂਡ ਤੇ ਅੰਧ ਵਿਸ਼ਵਾਸ ਨੂੰ ਨਹੀਂ ਮੰਨਦੀਆਂ। ਗੁਰੂ ਦੀ ਬਖਸ਼ੀ ਹੋਈ ਤਾਂ ਸਹੀ ਬੁੱਧੀ ਅਨੁਸਾਰ ਲੋਕਾਂ ਦੇ ਮਨਾਂ 'ਚ ਭਰਮ ਜ਼ਰੂਰ ਕੱਢਦੀਆਂ। ਇਸ ਲਈ ਲੋਕਾਂ 'ਚ ਸਾਡੇ ਦੋਵਾਂ ਦਾ ਨਾਂ ਭਰਮ ਤੌੜ ਕੌਰ ਪੈ ਗਿਆ। ਭੈਣ ਜੀ, ਉਂਝ ਭਰਮ ਹੁੰਦਾ ਕੀ ਏ? ਭਰਮ ਹੁੰਦਾ ਬਈ ਜੋ ਗੱਲ ਅਸਲ ਵਿੱਚ ਹੁੰਦੀ ਨਹੀਂ ਪਰ ਕੋਈ ਐਵੇਂ ਮੰਨੀ ਜਾਵੇ ਬਿਨਾਂ ਕਿਸੇ ਤਰਕ ਵਿਵੇਕ ਦਲੀਲ ਤੋਂ। ਜਿਵੇਂ ਸਾਡਾ ਸਿੱਖ ਸਮਾਜ ਕਈ ਗੱਲਾਂ ਉਹੀ ਅੱਖਾਂ ਮੀਚ ਕੇ ਮੰਨੀ ਜਾਂਦਾ ਏ, ਤੇ ਇਸ ਤੋਂ ਵੀ ਵੱਡੀ ਗੱਲ ਕਿ ਜਿਨ੍ਹਾਂ ਭਰਮਾਂ ਦਾ ਗੁਰਬਾਣੀ ਵਿੱਚ ਖੰਡਨ ਕੀਤਾ ਤੇ ਸਿੱਖ ਰਹਿਤ ਮਰਿਆਦਾ ਵਿੱਚ ਵੀ ਦਰਜ ਹੈ ਕਿ ਸਿੱਖ ਨੇ ਇਹਨਾਂ ਭਰਮਾਂ ਤੇ ਨਿਸ਼ਚਾ ਨਹੀਂ ਕਰਨੀ। ਇਹ ਵਿਚਾਰਾਂ ਅੱਜ ਸਾਡੇ ਸਮਾਜ ਵਿੱਚ ਮੰਨੀਆਂ ਜਾ ਰਹੀਆਂ। ਇਹ ਭਰਮ ਪ੍ਰਚਲਿਤ ਕਿਵੇਂ ਹੋ ਗਏ? ਇੱਕ ਗੱਲ ਦੱਸਾਂ, ਮੈਨੂੰ ਇਹਨਾਂ ਪਿੱਛੇ ਤਿੰਨ ਤਰ੍ਹਾਂ ਦੇ ਵਿਚਾਰ ਕੰਮ ਕਰਦੇ ਲੱਗਦੇ ਆ। ਕੁਝ ਗੱਲਾਂ ਸਿੱਖਿਆ ਦੇਣ ਲਈ ਸਨ ਪਰ ਇਹਨਾਂ ਨੂੰ ਲਾਗੂ ਕਰਨ ਲਈ ਸਿਆਣਿਆਂ ਨੇ ਡਰ ਪਾਤਾ ਤੇ ਸਮਾਂ ਪਾ ਕੇ ਇਹ ਭਰਮੀ ਬਣ ਗਿਆ। ਕੁਝ ਗੱਲਾਂ ਪੁਜਾਰੀ ਵਰਗ ਨੇ ਆਪਣਾ ਹਲਵਾ ਮੰਡਾ ਚਲਾਉਣ ਲਈ ਪ੍ਰਚਲਿਤ ਕਰ ਦਿੱਤੀਆਂ। ਇਹੋ ਵਹਿਮ ਭਰਮ ਪੀੜ੍ਹੀ ਦਰ ਪੀੜ੍ਹੀ ਸਮਾਜ ਵਿੱਚ ਤੁਰੇ ਜਾਂਦੇ ਆ। ਉਹ ਕਹਾਣੀ ਸੁਣੀ ਆ ਬਿੱਲੀ ਤਾਣ ਵਾਲੀ? ਉਹੀ ਗੱਲ ਏ। ਉਹ ਕਿਵੇਂ ਭੈਣ ਜੀ? ਉਹ ਇਉਂ ਸੀ, ਕੋਈ ਲੜਕੀ ਸੀ ਛੋਟੀ ਹੁੰਦੀ, ਜਦੋਂ ਉਹਦੀ ਮਾਂ ਨੇ ਦੁੱਧ ਨੂੰ ਜਾਗ ਲਾਉਣੀ ਤਾਂ ਉਹਨੇ ਕਹਿਣਾ, ਬੱਚੀ ਬਿੱਲੀ ਟੋਕਰੇ ਥੱਲੇ ਤਾੜ ਦੇ। ਜਵਾਨੀ ਦੀ ਉਮਰ ਤੱਕ ਉਹ ਇਹੋ ਕਰਨ ਵਹਿੰਦੀ ਰਹੀ। ਜਦੋਂ ਗਈ ਵਿਆਹੀ ਤਾਂ ਸੱਸ ਕਹਿੰਦੀ, ਬਈ ਨੋ ਰਾਣੀ, ਦੁੱਧ ਨੂੰ ਜਾਗ ਲਾ ਦੇ। ਅੱਗੋਂ ਨੋ ਪਤਾ ਕੀ ਕਹਿੰਦੀ? ਕੀ ਕਹਿੰਦੀ? ਕਹਿੰਦੀ, ਬਈ ਬਿੱਲੀ ਕਿੱਥੇ ਆ, ਪਹਿਲਾਂ ਟੋਕਰੇ ਥੱਲੇ ਤੇ ਤਾੜਾ। ਸੱਸ ਕਹਿੰਦੀ, ਬਿੱਲੀ ਤਾਂ ਆਪਾਂ ਰੱਖੀ ਨਹੀਂ। ਨੋ ਕਹਿੰਦੀ, ਜੇ ਬਿੱਲੀ ਨਹੀਂ ਰੱਖੀ ਤਾਂ ਦਹੀਂ ਵੀ ਨਹੀਂ ਜੰਮਣਾ। ਸੱਸ ਸਿਆਣੀ ਸੀ, ਜਦੋਂ ਨੋ ਦੀ ਮਾਂ ਮਿਲਣ ਆਈ ਤਾਂ ਕਹਿੰਦੀ, ਬਈ ਟੋਕਰੇ ਥੱਲੇ ਬਿੱਲੀ ਤਾੜਨ ਦਾ ਵੀ ਕੋਈ ਟੂਣਾ ਹੁੰਦਾ ਏ। ਅੱਗੋਂ ਨੋ ਦੀ ਮਾਂ ਪਤਾ ਕੀ ਕਹਿੰਦੀ? ਕੀ ਕਹਿੰਦੀ? ਕਹਿੰਦੀ, ਟੂਣਾ ਨਹੀਂ ਏ, ਮੈਂ ਤਾਂ ਇਸ ਕਰਕੇ ਟੋਕਰੇ ਥੱਲੇ ਬਿੱਲੀ ਤਾੜਦੀ ਸੀ ਕਿ ਦੁੱਧ ਨੂੰ ਜਾਗ ਲਾਉਣ ਲੱਗਿਆ ਬਿੱਲੀ ਦੁੱਧ ਝੂਠਾ ਨਾ ਕਰ ਜਾਵੇ। ਜੇ ਤੁਸੀਂ ਬਿੱਲੀ ਨਹੀਂ ਰੱਖੀ ਤਾਂ ਕੋਈ ਗੱਲ ਨਹੀਂ, ਅਸਲ ਗੱਲ ਇਹ ਸੀ ਕੁੜੀ ਨੇ ਮਾਂ ਨੂੰ ਕਦੇ ਪੁੱਛਿਆ ਹੀ ਨਹੀਂ ਕਿ ਟੋਕਰੇ ਥੱਲੇ ਬਿੱਲੀ ਕਿਉਂ ਤਾੜਦੇ ਆ ਦਹੀਂ ਜਮਾਉਣ ਵੇਲੇ। ਅਸਲ ਗੱਲ ਤਾਂ ਉਹਨੇ ਸਮਝੀ ਨਹੀਂ ਪਰ ਇਹ ਜ਼ਰੂਰ ਸਮਝ ਬੈਠੀ ਕਿ ਇਹ ਇੱਕ ਭਰਮ ਏ। ਇਸੇ ਤਰ੍ਹਾਂ ਸਾਡੇ ਭਰਮ ਪੱਕ ਜਾਂਦੇ ਆ ਜੋ ਸਾਡਾ ਸਿੱਖ ਸਮਾਜ ਅੱਖਾਂ ਮੀਚ ਕੇ ਮੰਨੀ ਜਾਂਦਾ ਏ। ਭੈਣ ਜੀ, ਇਹ ਜਿਹੜੇ ਜੰਤਰ ਮੰਤਰ ਤੰਤਰ ਹੁੰਦੇ ਆ ਇਹ ਕੀ ਇਲ ਬਲਾ ਏ? ਇਹ ਵਿਭੁਤਿਆਂ ਨੂੰ ਕਮਲੀ ਬਣਾਉਣ ਲਈ। ਤੁਸੀਂ ਤਾਂ ਹੱਸ ਰਹੇ ਹੋ, ਮੇਰੀ ਗੱਲ ਦਾ ਉੱਤਰ ਦਿਓ ਨਾ। ਹੱਸਦੀ ਮੈਂ ਤਾਂ ਕਿ ਕਿੰਨੇ ਸਿੱਖੇ ਗੁਰਮਤਿ ਦਾ ਸਿਧਾਂਤ ਛੱਡ ਕੇ ਸਵਾਹ ਦੀਆਂ ਪੁੜੀਆਂ ਤੇ ਕਾਲੇ ਧਾਗਿਆਂ ਤੋਂ ਮੁਕਤੀ ਲੱਭਦੇ ਫਿਰਦੇ ਆ ਤੇ ਕਈ ਤੁਹਾਡੇ ਵਰਗੇ ਗੁਰਬਾਣੀ ਦੀ ਸੂਝ ਤੋਂ ਕੋਰੇ ਸ਼ੰਕਿਆਂ ਨਾਲ ਭਰੇ ਆ। ਭੈਣ ਜੀ, ਮੇਰੀ ਵੀ ਸ਼ੰਕਾ ਦੂਰ ਕਰੋ ਨਾ, ਪਹਿਲਾਂ ਬਾਕੀ ਗੱਲ ਕਰੂ ਬਾਅਦ ਚ, ਪਹਿਲਾਂ ਵਿਖਾ ਖਾਂ ਗੱਲ ਚ ਆ ਕੀ ਪਾਇਆ। ਇਹ ਮੇਰੀ ਬੇਬੇ ਨੇ ਸਿਆਣੇ ਤੋਂ ਤਵੀਤ ਕਰਾ ਕੇ ਪਾਇਆ, ਕਹਿੰਦੀ ਇਹਦੇ ਨਾਲ ਨਜ਼ਰ ਨਹੀਂ ਲੱਗਦੀ। ਤੈਨੂੰ ਨਜ਼ਰ? ਤੇਰਾ ਕਿਹੜਾ ਪਾਸਾ ਜਿੱਥੇ ਨਜ਼ਰ ਲੱਗ ਜੂ, ਤੂੰ ਤੇ ਆਪ ਹੀ ਨਜ਼ਰ ਵੱਟੂ ਏ। ਤੈਨੂੰ ਵੇਖ ਕੇ ਅਗਲੇ ਦੀ ਨਜ਼ਰ ਭਾਵੇਂ ਖਰਾਬ ਹੋ ਜੇ, ਲਾਈਨ ਪਰੇ ਸ਼ਦੈਣ ਜੀ ਨਾ ਹੋਵੇ ਤਾਂ। ਇਹ ਜੀ ਡਰ ਤੋਂ ਵੀ ਹੈਗਾ, ਮੈਨੂੰ ਡਰ ਵੀ ਲੱਗਣ ਲੱਗ ਜਾਂਦਾ। ਤੇਰੀ ਅਗਿਆਨਤਾ ਹੀ ਤੇਰਾ ਡਰ ਏ। ਬਾਣੀ ਪੜਿਆ ਕਰ, ਵਿਚਾਰਿਆ ਕਰ ਤੇ ਅਮਲ ਕਰਿਆ ਕਰ। ਅਮਾਸਾ ਕੁਦਾ ਤਵੀਤ ਕਿਹੜਾ ਤੂੰ ਤੋਪ ਪੀੜ ਲਿਆ, ਲਿਆ
ਜੋ ਸਾਡੇ ਪਿੰਡ ਦੇ ਚੜਾਇਆ ਵਿੱਚ ਕੀਤਾ ਪਿਆ ਹੁੰਦਾ ਮੰਤਰ ਹੁੰਦਾ ਹੈ ਕਿਸੇ ਕਾਰਜ ਸਿੱਧੇ ਰਾਹੀਂ ਜਪਣ ਯੋਗ ਸ਼ਬਦ ਤੇ ਤੰਤਰ ਵੀ ਕਿਸੇ ਤਾਂਤਰ ਸ਼ਾਸਤਰ ਰਾਹੀਂ ਟੂਣਾ ਟਾਮਣੀਏ ਹੈ ਤੇ ਨਿਰਾ ਪਰਮੀਏ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਜੇ ਭੈਣ ਜੀ ਸਾਡੇ ਗੁਰੂ ਜੀ ਕਹਿੰਦੇ ਆ ਕਿ ਇਹ ਪਖੰਡ ਹੈ ਤੇ ਫਿਰ ਗੁਰੂ ਦੇ ਸਿੱਖ ਨੂੰ ਇਹਨਾਂ ਪਖੰਡਾਂ ਤੇ ਵਿਸ਼ਵਾਸ ਕਰਨਾ ਹੀ ਨਹੀਂ ਚਾਹੀਦਾ ਤੇਰੀ ਸ਼ੰਕਾ ਨਿਕਲ ਜਾਏ ਦੰਦਦਾਰ ਦਾ ਮੰਤਰ ਸੁਣਾਵਾਂ ਤੈਨੂੰ ਸੁਣਾ ਦਿਓ ਕਾਲਾ ਕੀੜਾ ਕਿਰਕਰਾ ਬੱਤੀ ਦੰਦ ਚਰੇ ਦੁਹਾਈ ਮੁਹੰਮਦ ਸ਼ਾਹ ਦੀ ਕੀੜਾ ਵਿੱਚ ਮਰੇ ਭੈਣ ਜੀ ਇਸ ਤਰ੍ਹਾਂ ਦੰਦ ਦਾ ਕੀੜਾ ਮਰ ਜਾਂਦਾ ਉਹ ਤਾਂ ਭਾਵੇਂ ਨਾ ਹੀ ਮਰੇ ਪਰ ਵਹਿਮ ਚ ਪਏ ਬੰਦੇ ਦੀ ਅਕਲ ਦਾ ਕੀੜਾ ਜ਼ਰੂਰ ਮਰ ਜਾਂਦਾ ਜਿਵੇਂ ਤੇਰੀ ਬੇਬੇ ਨੇ ਤਵੀਤ ਬੰਨ ਬੰਨ ਕੇ ਤੇਰੀ ਅਕਲ ਦਾ ਕੀੜਾ ਮਾਰਿਆ ਹੋਇਆ ਭੈਣ ਜੀ ਜੇ ਭਰਮ ਹੈ ਤਾਂ ਕਿੰਨੇ ਸਾਰੇ ਲੋਕ ਇਹ ਗੱਲਾਂ ਨੂੰ ਮੰਨੀ ਕਿਉਂ ਜਾਂਦੇ ਆ ਭੋਲੀਏ ਬਹੁਤ ਸਾਰੇ ਰੋਗ ਮਨ ਦੀ ਬੇਚੈਨੀ ਵਿੱਚੋਂ ਪੈਦਾ ਹੁੰਦੇ ਆ ਬੰਦੇ ਦੇ ਮਨ ਚ ਪਹਿਲਾਂ ਸ਼ੰਕਾ ਆਉਂਦੀ ਫਿਰ ਸਰੀਰ ਬਿਮਾਰ ਹੁੰਦਾ ਹੁਣ ਦੱਸ ਜਿਹੜੀ ਤੁਹਾਡੇ ਖੇਤ ਚ ਕਬਰ ਬਣੀ ਆ ਉਹ ਕਿੰਨੇ ਬਣਾਈ ਆ ਉਹ ਤਾਂ ਜੀ ਮੇਰੇ ਦਾਦਾ ਜੀ ਨੇ ਬਣਾਈ ਆ ਤੇ ਮੇਰੀ ਸੁਰਤ ਜੇ ਬਣੀ ਹੈ ਤੁਸੀਂ ਇੱਟਾਂ ਸੀਮੈਂਟ ਲਿਆਂਦਾ ਮਿਸਤਰੀ ਨੇ ਬਣਾਈ ਕਿਸੇ ਭੂਤ ਪ੍ਰੇਤ ਨੇ ਆਪ ਤਾਂ ਨਹੀਂ ਬਣਾਈ ਨਹੀਂ ਅਸੀਂ ਆਪੇ ਹੀ ਬਣਾਈ ਭੈਣ ਜੀ ਹੁਣ ਤੁਸੀਂ ਉੱਥੇ ਦੀਵੇ ਜਗਾ ਕੇ ਮੰਤਾਂ ਮੰਗਦੇ ਹੋ ਸਫਾਈ ਕਰਦੇ ਹੋ ਡਰੀ ਵੀ ਜਾਂਦੇ ਹੋ ਇਹ ਸਾਰਾ ਪੰਗਾ ਤੁਸੀਂ ਆਪ ਹੀ ਸਹੇੜਿਆ ਤੁਸੀਂ ਇੱਟਾਂ ਦੀ ਢੇਰੀ ਤੋਂ ਡਰਦੇ ਹੋ ਉਹ ਇੱਟਾਂ ਜੋ ਤੁਸੀਂ ਗੱਡੇ ਤੇ ਲੱਦ ਕੇ ਆਪ ਭੱਠੇ ਤੋਂ ਲਿਆਏ ਮਨ ਦੇ ਟਿਕਾਉ ਲਈ ਪੂਜਾ ਕਰੀ ਜਾਂਦੇ ਹੋ ਹੈ ਤੇ ਨਿਰਾ ਭਰਮੀ ਆ ਨਾ ਬਣਾਉਂਦੇ ਫਿਰ ਕੀ ਹੋਣਾ ਸੀ ਨਾਲੇ ਗੁਰੂ ਦੇ ਸਿੱਖ ਨੂੰ ਕਬਰ ਪੂਜਣ ਦੀ ਮਨਾਹੀ ਹੈ ਗੁਰੂ ਸਾਹਿਬ ਤਾਂ ਫਰਮਾਉਂਦੇ ਹਨ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੀ ਮਸਾਨ ਨਾ ਜਾਈ ਇਹ ਤਾਂ ਬਣਾਈ ਭੈਣ ਜੀ ਬਈ ਮੇਰੇ ਦਾਦਾ ਜੀ ਨੂੰ ਕਿਸੇ ਸਿਆਣੇ ਨੇ ਦੱਸਿਆ ਸੀ ਕਿ ਵਡੇਰਿਆਂ ਦੀ ਪੂਜਾ ਕਰੇ ਇਹ ਮੇਰੇ ਦਾਦੇ ਦੇ ਪੜਦਾਦੇ ਦੇ ਦਾਦੇ ਦੀ ਯਾਦ ਚ ਬਣਾਈ ਆ ਕਹਿੰਦੇ ਉਹ ਵਿਆਹ ਬਦੇ ਤੋਂ ਮਰ ਗਿਆ ਸੀ ਉਹਦੀ ਰੂਹ ਭਟਕਦੀ ਹੈ ਭੋਲਿਓ ਪਾਤਸ਼ਾਹੋ ਦਾਦੇ ਦੇ ਪੜਦਾਦੇ ਦਾ ਦਾਦਾ ਤੁਹਾਡੀ ਤਾਂ ਅਕਲ ਹੀ ਨਿਆਣਿਆਂ ਵਾਲੀ ਆ ਇਹਨਾਂ ਚਿਰ ਇਹ ਰੁਕ ਕਿੱਥੇ ਫਿਰਦੀ ਰਹੀ ਤੇ ਤੁਸੀਂ ਉਹਦਾ ਨਾਮ ਵੀ ਨਹੀਂ ਜਾਣਦੇ ਜਿਹਦੀ ਕਬਰ ਬਣਾਈ ਬੈਠੇ ਹੋ ਇਹਨੂੰ ਕਹਿੰਦੇ ਵੱਡਾ ਭਰਮ ਪਰ ਇਹ ਵੱਡਾ ਭਰਮ ਸਾਡੇ ਮਨ ਚ ਕੌਣ ਕੱਢੂ ਇਹ ਵੱਡਾ ਭਰਮ ਕੱਢੂਗੀ ਗੁਰੂ ਜੀ ਦੀ ਬਾਣੀ ਜੋ ਸਾਨੂੰ ਸਿੱਖਿਆ ਦਿੰਦੀ ਹੈ ਨਿਰਭਉ ਜਪੈ ਸਗਲ ਭਉ ਮਿਟੈ ਬਈ ਨਿਰਡਰ ਪ੍ਰਭੂ ਦਾ ਨਾਮ ਜੋ ਜਪੇਗਾ ਉਸ ਦੇ ਸਾਰੇ ਡਰ ਮਿਟ ਜਾਣਗੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਬਾਣੀ ਵਿੱਚ ਇਹੋ ਸਿੱਖਿਆ ਦਿੱਤੀ ਹੈ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਈਸ਼ਟ ਈਸ਼ਟੇ ਨਮੋ ਤੰਤਰ ਤੰਤਰੰਗ ਬਈ ਪਰਮਾਤਮਾ ਦਾ ਨਾਮ ਹੀ ਇਹਨਾਂ ਮੰਤਰਾਂ ਜੰਤਰਾਂ ਤੰਤਰਾਂ ਤੋਂ ਵੱਡਾ ਜੋ ਉਸ ਦਾ ਨਾਮ ਜਪਦਾ ਉਸ ਨੂੰ ਤਾਂ ਕੋਈ ਭਰਮ ਕਰਨਾ ਹੀ ਨਹੀਂ ਚਾਹੀਦਾ ਤੁਹਾਡੀਆਂ ਤਾਂ ਸਾਰੀਆਂ ਗੱਲਾਂ ਕਮਾਲ ਦੀਆਂ ਅਸੀਂ ਐਵੇਂ ਹੀ ਭਰਮਾਂ ਚ ਪਏ ਹੋਏ ਆ ਮੇਰੇ ਮਨ ਚ ਤਾਂ ਹੋਰ ਵੀ ਬੜੇ ਭਰਮਾਂ ਉਹਨਾਂ ਨੂੰ ਕੌਣ ਤੋੜੂਗਾ ਉਹਨਾਂ ਨੂੰ ਤੋੜੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਕੀ ਗੱਲਾਂ ਦਾ ਉੱਤਰ ਬਾਅਦ ਚ ਦੇਵਾਂਗੇ ਪਹਿਲਾਂ ਗਲ ਚੋਂ ਕਾਲਾ ਧਾਗਾ ਤੇ ਤਵੀਤ ਜਿਹਾ ਲਾ ਕੇ ਫੜਾ ਮੈਨੂੰ ਆ 1 ਰੁਪਏ ਦਾ ਸਮਾਨ ਜਿਹੜਾ ਸਿਆਣੇ ਨੇ ਤੈਨੂੰ 101 ਰੁਪਏ ਦਾ ਦੇਤਾ ਉਹਦੇ ਆਪ ਹੀ ਸਿਆਣਾ ਹੋਇਆ ਫਿਰ ਕਮਲੇ ਕੌਣ ਹੋਏ ਕਮਲੇ ਤਾਂ ਫਿਰ ਅਸੀਂ ਹੋਏ ਜਿਹੜੇ ਪਰਮਾਂ ਚ ਪਏ ਲੋਕਾਂ ਨੂੰ ਸਿਆਣੇ ਮੰਨੀ ਜਾਂਦੇ ਆ ਭੈਣ ਜੀ ਇਹੋ ਜੇ ਸਿਆਣਿਆਂ ਨੂੰ ਤੁਹਾਡੇ ਵਰਗੇ 10 ਵੀ ਕਮਲੇ ਰੋਜ਼ ਚੱਕਰ ਜਾਣ ਤਾਂ ਉਹਨਾਂ ਨੂੰ ਕੀ ਲੋੜ ਹੈ ਕੰਮ ਕਰਨ ਦੀ ਨਾਲੇ ਜਗ੍ਹਾ ਜਗ੍ਹਾ ਝਾੜ ਫੂਕ ਕਰਨ ਵਾਲੇ ਡੇਰੇ ਬਣਾ ਕੇ ਬਹਿ ਗਏ ਇਹਨੂੰ ਕਹਿੰਦੇ ਨੇ ਹੇਂਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ ਲਾਗਤ ਕੋਈ ਨਹੀਂ ਤੇ ਮੁਨਾਫਾ ਵਾਧੂ ਹੁਣ ਦੱਸੋ ਭੈਣ ਜੀ ਸਾਡੇ ਦੋਵਾਂ ਦਾ ਨਾਮ ਠੀਕ ਹੈ ਨਾ ਪਰਮ ਤੋੜ ਕੌਰ ਬਿਲਕੁਲ ਠੀਕ ਜੀ ਬਿਲਕੁਲ ਠੀਕ ਤੁਸੀਂ ਅੱਜ ਮੇਰੇ ਮਨ ਦਾ ਵੱਡਾ ਭਰਮ ਕੱਢ ਦਿੱਤਾ ਆਓ ਹੁਣ ਅਸੀਂ ਸਾਰਿਆਂ ਨੂੰ ਹੋਕਾ ਦਈਏ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਸੱਚੇ ਗੁਰੂ ਆ ਅਤੇ ਅਸੀਂ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ ਨਿਸ਼ਚਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ